ਵਾਇਰਸ ਤੋਂ ਬਚਾਅ ਲਈ ਕੀਤੇ ਜਾ ਰਹੇ ਕਾਰਜਾਂ ਅਤੇ ਸਿਹਤ ਵਿਭਾਗ ਦੇ ਪ੍ਰਬੰਧਾਂ ਨੂੰ ਲੈ ਕੇ ਮੀਟਿੰਗ ਮੈਡੀਕਲ ਕਾਲਜ ਵਿਖੇ ਮੈਡੀਕਲ ਸਿੱਖਿਆ ਮੰਤਰੀ ਓਮ ਪ੍ਰਕਾਸ਼ ਸੋਨੀ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ। ਆਖਿਆ ਗਿਆ ਕਿ ਮਰੀਜ਼ਾਂ ਦੇ ਇਲਾਜ ਲਈ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਸਾਜੋ ਸਮਾਨ ਦੀ ਕੋਈ ਕਮੀ ਨਹੀਂ ਹੈ। ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ ਦੀ ਸੁਰੱਖਿਆ ਪਹਿਲੀ ਪ੍ਰਾਥਮਿਕਤਾ ਹੈ। ਲੋਕਾਂ ਨੂੰ ਅਪੀਲ ਕੀਤੀ ਗਈ ਕਿ ਕੋਰੋਨਾ ਖਿਲਾਫ਼ ਲੜਾਈ ਲਈ ਲੋਕ ਸਹਿਯੋਗ ਕਰਨ ਅਤੇ ਸਾਵਧਾਨੀਆਂ ਵਰਤਣ। ਸਾਂਸਦ ਗੁਰਜੀਤ ਸਿੰਘ ਔਜਲਾ ਨੇ ਵੀ ਮੀਟਿੰਗ 'ਚ ਸੰਬੋਧਨ ਕੀਤਾ। ਮੁੱਖ ਸਕੱਤਰ DK ਤਿਵਾਰੀ, ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਰਾਏ ਬਹਾਦੁਰ, ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿੱਲੋਂ, ਪੁਲਿਸ ਕਮਿਸ਼ਨਰ ਡਾਕਟਰ ਸੁਖਚੈਨ ਸਿੰਘ ਗਿੱਲ, ਕਮਿਸ਼ਨਰ ਨਗਰ ਨਿਗਮ ਕੋਮਲ ਮਿੱਤਲ, ADC ਹਿਮਾਂਸ਼ੂ ਅਗਰਵਾਲ, ADC ਪਲਵੀ ਚੌਧਰੀ, ਪ੍ਰਿੰਸੀਪਲ ਮੈਡੀਕਲ ਕਾਲਜ ਡਾਕਟਰ ਸੁਜਾਤਾ ਸ਼ਰਮਾ, ਸਿਵਲ ਸਰਜਨ ਡਾਕਟਰ ਪ੍ਰਭਦੀਪ ਕੌਰ ਜੋਹਲ ਵੀ ਬੈਠਕ 'ਚ ਸ਼ਾਮਲ ਸਨ। ਅੱਜ ਜਿਹੜੀ ਮੀਟਿੰਗ ਮੈਡੀਕਲ ਕਾਲਜ 'ਚ ਅਸੀਂ ਰਿਵਿਊ ਵਾਸਤੇ ਕੀਤੀ ਹੈ, ਤਾਂ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਗੱਲ ਦੀ ਜਾਣਕਾਰੀ ਦੇਣਾ ਚਾਹੁੰਦਾ ਕਿ ਕਿਸੇ ਤਰ੍ਹਾਂ ਦੀ ਤੁਸੀਂ ਪਿਛਲੀ ਵਾਰ ਵੀ ਅੱਜ ਤੋਂ 3 ਦਿਨ ਪਹਿਲਾਂ ਉਦੋਂ ਵੀ 3 ਦਿਨ ਪਹਿਲਾਂ ਇੱਥੇ ਅਸਾਂ ਮੀਟਿੰਗਾਂ ਕਰਕੇ ਗਏ, ਤੁਸੀਂ ਵੀ ਸਾਰੇ ਆਇਓ, ਕਿਸੇ ਤਰ੍ਹਾਂ ਦੀ ਮੁਸ਼ਕਲ ਜਿਹੜੀ ਆ ਸਾਡੇ ਗੁਰੂ ਨਾਨਕ ਹੋਸਪਿਟਲ 'ਚ ਸਾਡੇ ਮੈਡੀਕਲ ਕਾਲਜ 'ਚ ਪੇਸ਼ੈਂਟ ਨੂੰ ਨਹੀਂ ਆ ਰਹੀ। ਸਰਕਾਰ ਵੱਲੋਂ ਹਰ ਤਰ੍ਹਾਂ ਦੇ CM ਸਾਹਿਬ ਵੱਲੋਂ ਜਿਹੜੇ ਨੇ ਇੰਤਜ਼ਾਮ ਕਰਵਾਏ ਗਏ ਨੇ। ਸੋ ਇਸ ਲੜਾਈ ਲਈ ਜਿਹੜਾ ਕਰੋਨਾ ਵਾਇਰਸ ਦੀ ਇਹ ਲੜਾਈ ਚੱਲ ਰਹੀ ਹੈ, ਸਾਰੇ ਵਰਲਡ 'ਚ ਹੀ ਚੱਲ ਰਹੀ ਹੈ, ਨਿਰਾ ਇੱਥੇ ਨਹੀਂ ਸਾਰੇ ਵਰਲਡ 'ਚ ਹੀ ਆ, ਪਰ ਇਹਦੇ 'ਤੇ ਕਾਬੂ ਪਾਉਣਾ, ਇਹਨੂੰ ਜਿੱਤਣਾ, ਇਹ ਸਾਡੇ ਵਾਸਤੇ ਬੜਾ ਚੈਲੇਂਜ ਹੈ। ਸੋ ਚੈਲੇਂਜ ਤਾਂ ਹੀ ਅਸੀਂ ਕਰ ਸਕਦੇ ਹਾਂ, ਕਬੂਲ ਕਰ ਸਕਦੇ ਹਾਂ, ਜੇ ਸਾਡੀਆਂ ਟੀਮਾਂ ਇਕੱਠੀਆਂ ਹੋਣ, ਡਾਕਟਰ ਤਗੜੇ ਹੋਣ, ਸਾਰਾ ਸਟਾਫ ਤਗੜਾ ਹੋਵੇ ਸਾਡਾ ਹਸਪਤਾਲਾਂ ਦਾ। ਸੋ ਤਾਂ ਹੀ ਅਸੀਂ ਇਹਦਾ ਡਟ ਕੇ, ਸਾਰੇ ਲੋਕਾਂ ਦਾ ਸਾਥ ਹੋਵੇ, ਮੀਡੀਆ ਦਾ ਸਾਥ ਹੋਵੇ, ਤਾਂ ਹੀ ਅਸੀਂ ਇਹ ਲੜਾਈ ਨੂੰ ਜਿੱਤ ਸਕਦੇ ਹਾਂ। ਸੋ ਡਾਕਟਰ ਸਾਡੇ ਜਿਹੜੇ ਨੇ ਇੱਥੇ, ਚਾਹੇ ਹੇਠਲੇ ਲੈਵਲ ਦੇ ਸਾਡੇ ਕਰਮਚਾਰੀ ਆ, ਸਾਰੇ ਰਾਤ ਦਿਨ ਲੱਗੇ ਨੇ ਆਪਣੀ ਜਾਨ ਦੀ ਨਾ ਪਰਵਾਹ ਕਰਦੇ ਹੋਏ, ਸਾਰੇ ਡਾਕਟਰ, ਸਾਰਾ ਸਟਾਫ, ਹੇਠਲੇ ਸਟਾਫ ਤੱਕ ਜਿਹੜੇ ਨੇ ਉਹ ਰਾਤ ਦਿਨ ਇਸ ਜੰਗ 'ਚ ਆਪਣਾ ਯੋਗਦਾਨ ਪਾ ਰਹੇ ਨੇ। CM ਸਾਹਿਬ ਜਿਹੜੇ ਨੇ ਉਹ ਡੇਲੀ ਰਿਪੋਰਟ ਲੈਂਦੇ ਨੇ, ਜੋ ਸਾਡੇ CM ਸਾਹਿਬ ਕਰ ਰਹੇ ਨੇ, ਉਹਨਾਂ ਰਾਤ ਦਿਨ ਇਸ ਕੰਮ ਲਈ ਇੱਕ ਕੀਤਾ। ਸੋ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਇਹ ਇਕੱਲਾ ਇੱਧਰ ਹੀ ਨਹੀਂ, ਲੋਕਾਂ ਜਿਹੜੇ ਗਰੀਬ ਲੋਕ ਨੇ ਉਹਨਾਂ ਵਾਸਤੇ ਰਾਸ਼ਨ ਦਾ ਵੀ ਇੰਤਜ਼ਾਮ ਜਿਹੜਾ, ਉੱਧਰ ਵੀ ਉਹਨਾਂ ਦਾ ਧਿਆਨ ਹੈ ਵੀ ਕੋਈ ਭੁੱਖਾ ਨਾ ਰਹੇ ਪਿਆ। ਅੱਜ ਤੱਕ ਜਿਹੜੇ ਨੇ ਉਹ 609 ਜਿਹੜੇ ਪੇਸ਼ੈਂਟ ਆਏ ਨੇ ਉਹਨਾਂ ਦੇ ਟੈਸਟ ਹੋਏ ਨੇ, 633 ਦਾ ਟੈਸਟ ਜਿਹੜੇ ਨੇ ਹੋ ਗਏ ਨੇ, 609 ਜਿਹੜੇ ਨੇ ਉਹ ਨੈਗੇਟਿਵ ਆ ਗਏ, ਉਹਨਾਂ ਨੂੰ ਬਹੁਤਿਆਂ ਨੂੰ ਘਰਾਂ 'ਚ ਭੇਜਤਾ, ਕੁਝ ਸਾਨੂੰ ਦਾਖਲ ਕਰਨੇ ਪਏ ਨੇ। ਟੋਟਲ ਅੱਜ ਤੱਕ ਜਿੰਨੇ ਟੈਸਟ ਹੋਏ ਨੇ ਉਹਨਾਂ 'ਚੋਂ 24 ਜਿਹੜੇ ਨੇ ਉਹ ਪੋਜ਼ਿਟਿਵ ਆਏ ਨੇ, ਜਿਹਦੇ 'ਚੋਂ ਹੁਣ ਸਾਡੇ ਕੋਲ 4 ਜਿਹੜੇ ਨੇ ਪੋਜ਼ਿਟਿਵ ਨੇ। ਇਹ 24 ਜਿਹੜੇ ਇੱਥੋਂ ਆਏ ਨੇ ਸਾਰੇ ਪੰਜਾਬ 'ਚੋਂ ਪੇਸ਼ੈਂਟ, ਜਿੱਥੋਂ ਜਿੱਥੋਂ ਗਾਉਣਾ ਚਾਹੇ ਇੱਥੇ ਆਉਂਦੇ ਨੇ। ਅੱਜ ਤੱਕ 633 ਜਿਹੜੇ ਇੱਥੇ ਟੈਸਟ ਹੋਏ ਨੇ, ਅੰਮ੍ਰਿਤਸਰ ਪਟਿਆਲੇ ਦੇ ਵੱਖਰੇ ਹੋ ਰਹੇ ਨੇ। ਸਾਡੇ ਕੋਲ 2 ਹੀ ਲੈਬਸ ਨੇ ਜਿਹੜੀਆਂ ਅੱਜ ਟੈਸਟ ਕਰ ਰਹੀਆਂ ਨੇ ਪੰਜਾਬ 'ਚ, ਇੱਕ ਪਟਿਆਲਾ, ਇੱਕ ਅੰਮ੍ਰਿਤਸਰ। ਉੱਥੇ ਵੀ 750 ਦੇ ਉੱਤੇ, 1150 ਦੀ ਗਿਣਤੀ ਚੱਲ ਗਈ ਆ, ਉੱਥੇ 1150 ਟੈਸਟ ਹੋ ਚੁੱਕੇ ਨੇ।